అలీం కాంట్రాక్టర్ షోరూమ్ మీ తమాషాలు అవుతున్నాయి ట్రాక్టర్ కామ్ కు చెక్కి పట్టి ఏసీ మేసీ ఏసీ సాప్ కడే పులి ఏసీ గడి ఏ గడి అస్సలాం వాలేకుమ్, క్యా హాల్ జీ, ఠీక్ హై, తబియత్ యా ఠీక్ హై, మై హమ్ లైక్ ద సేమ్ టు ఉమీద్ కరన్ తో సారే దోస్త్ ఠీక్ హో తో ఖుష్ హో తో వార్ ద విలాగ్ అట్ ద స్టార్ట్ ద ఫుల్ ఎనర్జీ హై, ఫుల్ ఎనర్జీ హై ఉంది వజహ హై కి మౌసమ్ కే అపనే అఖనా ఆయ్ హాయ్ 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 ఆయ్ హాయ్ ఆయ్ హాయ్ కచ్చా సే మౌసమ్ మౌసమ్ హవే ఠడ్డా ఠీక్ ది అపా ది ఉతే తా హోందే పన్నా వా వా కడ్డా నా వెన్షన్ అపే హవే ఓయ్ క్యా దే క్యా దే సజ్జనా కాఫీ దినా కాఫీ దినా కాఫీ దినా వెన్షన్ అపే చల మాషల్లా ਵੇਰ ਜਿਹੜਾ ਅੱਜ ਮੌਸਮ ਬਣਿਆ ਕਰਨਾ ਨਾ ਮੌਸਮ ਹੋਵੇ ਚਸਦਾ ਤੇ ਬੰਦਾ ਟੂਰ ਨਾ ਮਾਰੇ ਤਾਂ ਥੀ ਨਹੀਂ ਸੰਗਦਾ ਮਾ ਇਹੀ ਗੱਲ ਵਸਾਂ ਇਹ ਬੈਠਿਆ ਤੇ ਮੌਸਮ ਡਿਠੇ ਤੇ ਮੌਸਮ ਬਣ ਕੇ ਵੀਆਈਪੀ ਵਲ ਇਹੀ ਗੱਲ ਵਸਾਂ ਕਿ ਟੂਰ ਮਾਰੋ ਹਾਂ ਭਾਈ ਇਮਰਾਨ ਖਾਨ ਦਾ ਟੂਰ ਬਣਾਦੇ ਪਾ ਟੂਰ ਮਾਰੇ ਕਿੱਥੋਂ ਦਾ ਪਹਿਲੇ ਦੱਸ ਦਿਓ ਵਲ ਟੂਰ ਕੇ ਬਣਾ ਅਜਾ ਮਾ ਇਮਰਾਨ ਖਾਨ ਨੂੰ ਪਤਾ ਲੱਗ ਗਿਆ ਵੀ ਯੂਟਿਊਬਰ ਕਿਵੇਂ ਬਣਦੇ ਵੇਰ ਮੈਂ ਫਿਲਹਾਲ ਤਿਆਰ ਥੀ ਨਾ ਕਿਉਂਕਿ ਜੇ ਮੇਰੀ ਚੱਕਰ ਨਾ ਮੈਂ ਜਲੇ ਤਿਆਰ ਇੱਥੇ ਆਪਦਾ ਮਸਾ ਕੋ ਨਿਮ ਭਾਂਦਾ ਜਲੇ ਤਿਆਰ ਨਾ ਥੀ ਆਪਦਾ ਹੋਂਗਲੇ ਤੋ ਕਿਵੇਂ ਭਾਸਾਂ ਫਿਲਹਾਲ ਵੀ ਵਰਜਨ ਦੋਸਤਾਂ ਹਾਲੇ ਤੱਕ ਮੇਰੇ ਚੈਨਲ ਕੋ ਸਬਸਕ੍ਰਾਈਬ ਕਰਨੀ ਕੀਤਾ ਜਲਦੀ ਮਾਰੋ ਸਬਸਕ੍ਰਾਈਬ ਬੁਲਾ ਸ਼ੁਰੂ ਕਰਨ ਪਾਈ ਦੀ ਮਜ਼ੇਦਾਰ ਵੀਡੀਓ ਮੈਂ ਜੇ ਘਰੋਂ ਤਿਆਰੀ ਕੀਤੀ ਮੈਂ ਵਲਾ ਜਲਦੇ ਪਏ ਟੂਰ ਤੇ ਵੇਰ ਘਰ ਆ ਗਿਆ ਮੈਂ ਤਿਆਰੀ ਕਰ ਕੇ ਨਾ ਅੱਛਾ ਹੋ ਗਿਆ ਬਈ ਅਸਾਂ ਮਹਾਲ ਲਿਠੇ ਵੇ ਕਿਤਨਾ ਖੁਸ਼ ਬੈਠੇ ਉਹਦੀ ਵਜ੍ਹਾ ਸਿਰਫ ਕਿ ਜੋ ਮੌਸਮ ਠੰਡਾ ਹੈ ਨਾਲ ਦੇ ਬੱਚੇ ਪਾਲੀ ਪੈਂਦੇ ਬੱਚੇ ਕਮੈਂਟ ਦੱਸੇ ਸੋ ਕਿ ਕਿਵੇਂ ਅਸਲ ਮੈਂ ਇਹਦੇ ਨੇੜੇ ਕਿ ਨਹੀਂ ਜਾਣਾ ਇਹਨਾਂ ਕੋ ਟੋਕਾ ਖਿੱਚਣਾ ਕਿ ਨਹੀਂ ਨੇੜੇ ਆ ਮੈਨੂੰ ਇਵੇਂ ਤਰ੍ਹਾਂ ਹਫਸਾ ਨਾ ਜਿਵੇਂ ਨਵਾਂ ਬੰਦਾ ਆ ਗਿਆ ਹੋਵੇ ਮੇਰੀ ਨਾ ਹੈ ਇੱਦੇ ਤਾਂ ਚੁੱਪ ਕਰ ਪੇ ਕੁੱਤੇ ਉਰਤੀਆ ਚਲੋ ਮੇਰਾ ਪੁੱਤਰ ਖੜਾ ਰਹਿ ਵੀ ਆ ਗਿਆ ਪਿੱਛੇ ਮਾਸ਼ਾ ਲਾ ਰੇ ਸਾਰਾ ਮਹਾਲ ਵੀ ਸਾਈਂ ਟੱਪਦਾ ਪਿਆ ਮੈਂ ਕਿਥੋਂ ਕੋਈ ਨਾ ਸੀਨ ਦਿਖਾਵਾਂ ਜਾਂ ਫੋਕ ਪਤਾ ਹੋ ਚਲੋ ਮੈਂ ਲਗਾ ਸੀਮ ਦਾ ਮਹਾਲ ਸ਼ਾਲ ਹੀ ਇਹ ਕਹਿੰਦਾ ਮੈਂ ਬੱਕਰਾਂ ਦਾ ਫਾਰਮ ਬਣਾ ਹੈ ਲੇਕਿਨ ਐਕਸਪਾਇਰੀ ਥੀ ਕਿ ਬੱਕਰੇ ਸ਼ਕਰਾਂ ਵੇਖ ਗਏ ਹਨ ਉਹਦੀ ਵਜ੍ਹਾ ਹੈ ਕਿ ਬੱਕਰੇ ਨੇ ਥੀਂ ਦਿਨੇ ਮੈਂ ਫਿਲਹਾਲ ਧਾਂ ਕੇ ਨਾ ਵਲਾ ਗੱਲ ਹੀ ਕਰ ਰਹੇ ਹਾਂ 2 ਆਵਰਸ ਲੇਟਰ ਮੈਂ ਬਸ ਤਿਆਰ ਸ਼ਿਆਰ ਤਾਂ ਥੀ ਗਿਆ ਲੇਕਿਨ ਲੇਟ ਬਹੁਤ ਥੀ ਗਿਆ ਇਤਨਾ ਲੇਟ ਨਾ ਇਮਰਾਨ ਖਾਨ ਹੈ ਬੈਠਾ ਬੜ ਕੇ ਉਹ ਫੁੱਲ ਕਾਵੜੇ ਬੜੇ ਫੁੱਲ ਉਹ ਕੋ ਬੰਦਾ ਕਿਵੇਂ ਸਮਝਾਵੇ ਕਿ ਯਾਰ ਮੈਂ ਨਾ ਆਪਣੇ ਕੱਪੜੇ ਆਪ ਇਸਤਰੀ ਕਰਨਾ ਹੋਣਾ ਕਰਹੀਂ ਕਰਹੀਂ ਤੇ ਅੱਜ ਮੈਂ ਕੋ ਆਪ ਕੱਪੜੇ ਇਸਤਰੀ ਕਰਨਾ ਪੈ ਗਿਆ ਨਾ ਵਲ ਤਹੂੰ ਲੇਟ ਥੀ ਗਿਆ ਜਦੋਂ ਉਹਦੇ ਮੋਟਰਸਾਈਕਲ ਚਾਵੀ ਮਾਰੇ ਕਿ ਨਹੀਂ ਉਹਦੇ ਘਰੋਂ ਮੋਟਰਸਾਈਕਲ ਛਿੱਕੇ ਨੇ ਮੈਨੂੰ ਦੁਕਾਨ ਤੇ ਬੈਠੇ ਹੋ ਕੁਛ ਇਹਨਾਂ ਤੇ ਫਿਰ ਨਿਕਲਦੇ ਪਾ ਆਪਣੇ ਸਫ਼ਰ ਤੋਂ ਅੱਪੂ ਜੀ ਹੋਣੀ ਹਨ ਕਹਿੰਦਾ ਅੰਮਾ ਕੋ ਮਿਲ ਕੇ ਕਿਉਂਕਿ ਪਿਓ ਮਾਂ ਦੀ ਦੁਆ ਨਾ ਜਿਹੜੇ ਬੰਦੇ ਕਿਵੇਂ ਚਾਤੀ ਵਧਣਾ ਤੇ ਜਿਵੇਂ ਚਾਹ ਵੀ ਚਾਵੀ ਵਧੀ ਮੈਂ ਪਿਓ ਮਾਂ ਦੀ ਦੁਆ ਲਾਜ਼ਮੀ ਕੀਤੀ ਕਰੋ ਪਿਓ ਮਾਂ ਦੀ ਖਿਦਮਤ ਕੀਤੀ ਕਰੋ ਵੱਲ ਬੰਦਾ ਮਾਰ ਨਹੀਂ ਖਾਂਦਾ ਜਿਹੜਾ ਮੋਟਰਸਾਈਕਲ ਛਿੱਕ ਕੇ ਵੱਲ ਦੁਕਾਨ ਤੇ ਆਉਂਦੇ ਪਏ ਅੱਧ ਹੱਥੋਂ ਕਿ ਵਸੀਂ ਮੈਂ ਤਬਲੀਗ ਕਰਨ ਲੱਗ ਪੈਂਦਾ ਤਬਲੀਗ ਵੀ ਲਾਜ਼ਮੀ ਹੁੰਦੀ ਨਾਲ ਵਿਲਾਗ ਦੇ ਇਹ ਤਾਂ ਨਹੀਂ ਜਬ ਅਸੀਂ ਚੱਬਲਿਆਂ ਮਾਰੀ ਰਹੋ ਬਾਕੀ ਕੋਈ ਕੰਮ ਦੀ ਗੱਲ ਨਾ ਕਰੋ ਸਮਝਿਆ ਕਰੋ ਸਮਝਦਾਰ ਹੀ ਹੋ ਤੁਸੀਂ ਫਿਊ ਇੰਚਸ ਲੇਟਰ ਅਸਲਾਮ ਵਾਲੇਕੁਮ ਰਹਿਮਤੁਲ ਸਲਾਮ ਅੱਲਾ ਹਾਫਿਜ਼ ਹਾਂ ਕੀ ਹਾਲ ਨਾਲ ਵੈਸੋ ਖਤਰਾ ਹੋ ਰਿਹਾ ਜ਼ਰਾ ਡੇਂਜਰ ਹੈ ਰਸਤਾ ਆਇਆ ਸਕੂਨ ਨਾ ਤੇਰੀ ਖੈਰ ਗੁਰਦ ਮੈਂ ਪਿਛਲੀ ਰਾਤ ਸਾਰੇ ਇਲਾਕੇ ਮੋਟਰਸਾਈਕਲ ਚੇਕੇ ਜੇ ਪਿਛਲੀ ਰਾਤ ਗਨ ਪੁਆਇੰਟ ਤੇ ਹਾਲਾਤ ਬਣੇ ਕਰਨਾ ਇਮਰਾਨ ਭਾਈ ਚਲਿਓ ਯਾਰ ਮੈਂ ਜੁਲੂ ਤੇ ਜਲੀ ਵਾਲਾ ਵਕਤੀ ਵਾਲੋ ਮੇਰਾ ਸ਼ੇਰ ਤੇ ਮੈਂ ਮੁਝੇ ਦੁਆ ਕਰ ਸੋ ਇਨਸ਼ਾਅੱਲਾ ਮਿਲਦੇ ਆਂ ਵਾਲ ਨਵੇਂ ਵੀਡੀਓ ਚ ਹਾਂ ਸਵੇਰੇ ਮਿਲਦੇ ਆਂ ਸਫ਼ਰ ਮਾਰ ਕੇ ਪਹੁੰਚ ਚੁੱਕੇ ਹਾਂ ਹੇਠ ਤੋਂ ਬਿਰਾਜ ਤੇ ਬੜਾ ਮੋਟਰਸਾਈਕਲ ਤੋਂ ਵਜਾ ਰੁਕਾ ਦਿੱਤਾ ਬੜਾ ਵੀਆਈਪੀ ਮੌਸਮ ਠੰਡੀ ਠੰਡੀ ਹਵਾ ਹਾਏ ਹਾਏ ਮਾਹੌਲ ਹੈ ਪਾਣੀ ਚੈੱਕ ਕਰੋ ਪਾਣੀ ਮਤ ਫੁੱਲੇ ਵੇ ਚੱਲ ਚੈੱਕ
ਜ਼ਿਆਦਾ ਟਾਈਮ ਨਹੀਂ ਦਿੰਦਾ ਕਹਿੰਦੇ ਕਿਉਂਕਿ ਅਸਾਂ ਕੋਈ ਜਿਹੜਾ ਕੰਮ ਹੈ ਪੈਸੇ ਵੱਲੋਂ ਕੰਮ ਨਾ ਕੀਤੀ ਨਾ ਪਤਾ ਐਸਾ ਕੰਮ ਕਾਜ ਵਾਲੇ ਬੰਦੇ ਹੈ ਨਾ ਫਿਲਹਾਲ ਬਾਏ ਬਾਏ ਮੈਂ ਤਾਂ ਪੈਸਾ ਦਿੰਦੇ ਅਸਾਂ ਦਾ ਸਫ਼ਰ ਲੇਕਿਨ ਕੇਲੇ ਡਿੱਠੇ ਦਾ ਖੜ ਕੇ ਸੀ ਕਿ ਕੇਲੇ ਖਾਣੇ ਹੈ ਕੋਣਾ ਕੋਣਾ ਵੀ ਆਈ ਪੀ ਬੋਲੇ ਕੇਲੇ ਕਿਵੇਂ ਹੈ 130 ਰੁਪਏ ਦਰਜਨ 2000 ਆ ਇੱਥੇ ਖੜ ਕੇ ਖਾਣੇ ਕਿਹਦੇ ਵੇਨੇ ਕੇਲੇ ਹੈ ਪੈਸਾ ਨਾਲ ਪੈਸਾ ਨਾਲ ਤਾਂ ਆ ਅਸੀਂ ਅੱਲਾ ਦਾ ਬੰਦਾ ਵੀ ਆਈ ਪੀ ਮਾਹੌਲ ਹੈ ਜਾਂ ਮੌਸਮ ਸ਼ੌਸਮ ਬਣਾ ਗਏ ਬੋਲੇ ਇੱਕ ਦਰਜਨ ਦੇ ਜਾਂ ਤੱਕ ਉਧਰੇ ਨਹੀਂ ਇੱਕ ਦਰਜਨ ਦੋ ਬੰਜਾ ਕੋ ਨਾ ਖਾਂਦੇ ਤਾਂ ਕਿਵੇਂ ਨਾ ਖਾਓ ਯਾਰ ਦੇਖੀ ਕਿਵੇਂ ਸੋਣਾ ਸੋਣਾ ਕੇਲੇ ਦੇ ਜਿਵੇਂ ਤੂੰ ਆਪ ਸੋਣਾ ਸਮਝ ਆਈ ਹਾਂ ਨਾ ਨਾ ਚੋਣ ਨਹੀਂ ਪਾ ਤੋ ਦਿਲੋਂ ਪਾ ਰਿਹਾ ਜਿਹੜਾ ਤੇਰਾ ਦਿਲ ਕਰ ਆਉਂ ਇਹਦੀ ਸ਼ਕਲ ਤੇ ਕਿਹਨੇ ਕੋ ਅੰਦਾ ਲਾ ਵੀ ਕੋ ਸ਼ੋਰ ਬਹੁਤ ਰੋਡ ਤੇ ਬੜਾ ਰਸ਼ ਹੈ ਕਿਉਂਕਿ ਰਪਲ ਕੰਬਰ ਤੇ ਮੰਡੀ ਹੈ ਪਤਾ ਨਹੀਂ ਕੀ ਚੱਕਰ ਹੈ ਨਮਕ ਸ਼ਮਕ ਤੇ ਦੇ ਨਮਕ ਨਮਕ ਕਹਿੰਦੇ ਨਮਕ ਕਹਿੰਦੇ ਨਾ ਕੇਲੇ ਨਾਲ ਅਜੇ ਮੈਂ ਕਿ ਨਮਕ ਲਾਦਮੀ ਹੁੰਦੇ ਬismillah ਰਹਿਮਾਨ ਰਹੀਮ ਵਰ ਖਾਂਦੇ ਉਹਦਾ ਉਹ ਵਧੇ ਕਿਛੇ ਦਾ ਰਗਲਾ ਹੈ ਬੈਲੈਂਸ ਬੈਲੈਂਸ ਨਾ ਬੋਲਾ ਬੈਲੈਂਸ ਕਿ ਇਹ ਕੱਚੇ ਦਿੱਤਾ ਨਹੀਂ ਯਾਰ ਦੇਖ ਕੇ ਨਾ ਕਰ ਮੈਂ ਚੈੱਕ ਕਰਕੇ ਦੇ ਤਾਂ ਇਹ ਚਾਹੀਦਾ ਇਹ ਦੱਸ ਹਾਂ ਇਹ ਕੱਚੇ ਨੇ ਯਾਰ ਪੱਕੇ ਦੇ ਵਾਲਾ ਦਾ ਬੰਦਾ ਇਹ ਚਾਹੀਦਾ ਵਾਲਾ ਥੋੜੇ ਦੇ ਦੇ ਸੁਣੀ ਦਰਜਨ ਭਾਵੇਂ ਨਾ ਦੇ ਪੈਸੇ ਦਰਜਨ ਦੇ ਕੇ ਥੋੜੇ ਦੇ ਲੇਕਿਨ ਦੇ ਪੱਕੇ ਇਹਨਾਂ ਨੂੰ ਵਾਪਸ ਕਰ ਤੇ ਜੋ ਕਰੇ ਮੌਕੇ ਤੇ ਚੈੱਕ ਕੀਤੇ ਤੇ ਜਾ ਹਾਂ ਪਰ ਦੇ ਵਾਪਸ ਕਿਤੇ ਸੇ ਬਾਈ ਹੁਣ ਪੱਕੇ ਕੇਲੇ ਕਿੰਦੇ ਮੈਂ ਉਹ ਆਖਿਆ ਯਾਰ ਦਰਜਨ ਦੇ ਪੈਸੇ ਕਹਿੰਦੇ ਭਾਵੇਂ ਸਭ ਕੁੜਾ ਹੱਕੇ ਲੈ ਰਹੇ 8 ਦੇ ਰਹੇ ਲੇਕਿਨ ਦੇ ਪੱਕੇ ਨਾ ਨਹੀਂ ਕੋ ਆਪ ਕੋ ਪਤਾ ਸੀ ਪੱਕੇ ਕਿਦੋਂ ਰੱਖੇ ਖੜੇ ਇਹਨਾਂ ਨੂੰ ਸਮਝ ਆਉਂਦੀ ਹੈ ਪੈਣਾ ਯਾਰ ਜਿੱਦੋਂ ਪੱਕੇ ਪੈਣ ਦਾ ਉਚਾਰ ਚੁੱਪ ਕਰਕੇ ਆਉਂ ਤਾਂ ਬਾਅਦ ਨਿਕਲੋ ਪਿਛੇ ਫਿਰ ਜਵਾਨ ਨਾਲ ਸੇ ਠੈਂਕਾ ਮਾਰਿਆ ਤੇ ਅਸਾਂ ਯਾਰ ਦੋਸਤ ਜਿਹੜੇ ਗਿਆਨ ਨਾ ਅਸਾਂ ਤੇਰੀ ਪੂਰੀ ਰੇੜੀ ਤੋਂ ਨਾ ਇਮਾਨਦਾਰੀ ਨਾਲ ਛੀ ਕੇਲੇ ਖਾਣੇ ਆ ਠੀਕ ਹੈ ਮਲੇਰ ਮੈਂ ਤਾਂ ਚੌਥਾ ਹੀ ਵੀ ਤੂੰ ਖਾਣਾ ਤਾਂ ਸਾਰੇ ਖਾਦਾ ਤੂੰ ਹੀ ਖਾ ਕੇ ਮੰਨ ਇੱਕ ਕੇਲੇ ਪੱਕੇ ਠੀਕ ਨਾ ਤਨਾ ਖਾਸਾ ਨਾ ਮੈਂ ਚੌਥਾ ਖਾਦੀ ਨਾ ਪੰਜਵਾਂ ਹੈ ਵੀ ਬਾਸ ਤੂੰ ਮੱਟਾ ਦੂਜਾ ਤੜਾ ਹੈ ਤੇਰੇ ਚਾਰ ਤੇ ਮੈਂ ਖਾ ਲੈ ਖਾਦੀ ਵਿਆ ਤੇਰੀ ਬੜੀ ਸਪੀਡ ਹੈ ਉਹ ਹੈ ਹੈ ਲੈ ਬੁਲਾ ਬਸ਼ਕ ਦੇਵੀ ਖੜਾ ਕਿਉਂ ਕਿਆ ਮਸਲਾ ਬੈਰਨ ਟੁੱਟ ਗਿਆ ਬਰਾ ਉਹਦੇ ਪਿੱਛੇ ਅੱਛਾ ਅੱਛਾ ਬੈਰਨ ਟੁੱਟ ਗਿਆ ਓਹੋ ਆ ਤਾਂ ਤੱਕ ਛੇਕੀ ਜੁਲਦੇ ਹੈ ਨਾ ਇਹ ਵੇਂਦਾ ਨਹੀਂ ਇਹ ਰੱਖਿਆ ਵੇਂਦਾ ਨਹੀਂ ਬੱਚਾ ਨਹੀਂ ਮੇਰਾ ਚੱਲ ਵਾ ਸਾਰੇ ਇੱਕ ਵੀ ਹੁਕਮ ਹੈ ਦਾ ਦੱਸ ਵਾਰ ਪਹੁੰਚ ਚੁੱਕੇ ਹਾਂ ਸ਼ਾਦਾ ਲੋਂਡੇ ਇਥੇ ਸ਼ਾਦਾ ਲੋਣ ਦਾ ਸ਼ਾਰ ਵੇ ਸਾਡੇ ਯਾਰ ਦੁਕਾਨ ਵੇ ਆ ਸਿਰਫ ਆਟੋ ਇਲੈਕਟ੍ਰੀਸ਼ਨ ਹੀ ਬੰਦੇ ਸ਼ਕਲ ਲੈ ਸ਼ਕਲ ਲੈ ਕੇ ਆ ਜਾਏ ਇਹ ਮੇਰੇ ਸ਼ਕਲ ਦੇ ਪਵੇ ਇਨੀ ਦੁਕਾਨ ਇਹ ਪੰਪ ਦੇ ਸਾਹਮਣੇ ਠੀਕ ਨਾ ਜਿਹੜਾ ਵੀ ਆਟੋ ਟੱਪਤੀ ਤੋਂ ਬੋਤਲ ਚਾਹ ਪਾਣੀ ਪੀ ਕੇ ਵੇਸੀ ਠੀਕ ਹੈ ਮੁਫਤ ਪਲੇ ਵੇਸ ਹੈ ਇੱਕ ਤਾਂ ਕੈਮਰਾ ਨੇ ਬੜਾ ਸ਼ਰਮਾਣਾ ਹੈ ਸਮਝ ਆਈਏ ਸ਼ੁਗਰ ਕਾਨੇ ਮੈਂ ਹਾਂ ਲਾਜ਼ਮੀ ਵਰਦੀ ਨੇ ਚਾਹ ਪਾਣੀ ਲਾਜ਼ਮੀ ਪੀ ਕੇ ਮੈਂ ਸੋਈ ਕੋ ਚਾਹਤੇ ਤੋਂ ਜਿਹੜਾ ਕੋ ਕੰਮ ਦਵੇਂਦੇ ਪਾ ਪ੍ਰੈਕਟ ਨਹੀਂ ਮੈਨੇ ਦੁਕਾਨ ਵਾਲਾ ਇੱਕ ਤਾਂ ਦੇਖ ਲਓ ਨੰਬਰ ਸ਼ੰਬਰ ਡਿਟੇ ਵੇ ਕਿ ਕਾਲਾਂ ਸ਼ਾਲਾ ਲਾਜ਼ਮੀ ਤੋਂ ਕਾਲਾਂ ਲਾਜ਼ਮੀ ਕਰਾਇਆ ਨੰਬਰ ਵਿੱਚ ਆ ਗਿਆ ਕਾਲ ਲਾਜ਼ਮੀ ਕਰ ਫਵਲਾ ਮੈਂ ਇੱਕ ਤਾਂ ਨੰਬਰ ਦੇ ਦਿੱਤੇ ਤੇ ਇਹ ਵੇਸੇ ਸ਼ਾਦਾ ਲੋਂਡ ਸ਼ਹਾਰ ਇਹ ਇਹ ਵੇ ਸ਼ੋਰੂਮ ਅਲੀਮ ਖਾਨ ਟਰੈਕਟਰ ਸ਼ੋਰੂਮ ਇਹ ਤਾਂ ਮਾਸ਼ਾਅੱਲਾ ਇਤਨਾ ਟਰੈਕਟਰ ਹੈ ਤੇਰੀ ਕਾ ਇਹ ਤਾਂ ਕੀ ਕਰਨਾ ਹੈ ਇਮਰਾਨ ਖਾਨ ਸਾਡਾ ਯਾਰ ਕਹਿੰਨ ਗਏ ਟਰੈਕਟਰ ਕਾਗਜ਼ ਗਿਆ ਭੋਲਾ ਲਵੋ ਕਾਗਜ਼ ਚਾਵਣ ਹੈ ਨੰਬਰ ਪਲੇਟ ਭੁੱਲ ਗਿਆ ਮੈਂ ਜਿੱਤਾ ਕਹਿਣਾ ਨੇ ਨਾ ਨਾ ਨਵੇਂ ਨਵੇਂ ਟਰੈਕਟਰ 0 ਮੀਟਰ ਨਹੀਂ ਟਵੇ ਅਸਾਂ ਆ ਵੀ 85 ਟਰੈਕਟਰ ਖੇਡਣੇ ਉਹਦੀ ਮਾਰਕੀਟ ਦੇ ਪੁੱਛ ਜੁਲਦੇ ਮਤਾ ਸਾਰਾ ਮਾਈਂਡ ਬਣ ਜਾਏ ਮੈਂ ਬੜ ਇੱਥਾਂ ਤਾਂ ਆਏ ਲੇਕਿਨ ਸਾਡਾ ਕੰਮ ਨਹੀਂ ਥਿਆ ਕੰਮ ਆਦਨ ਥੀ ਵਿਚਾਰ ਦੇ ਬਾਅਦ ਬਲਾ ਚਾਰ ਦੇ ਬਾਅਦ ਤਕਰੀਬਨ ਸਭ ਸ਼ਾਦਲ ਲੈਣਾ ਤੁਸੀਂ ਇਵੇਂ ਸਹੀ ਇਹ ਇਕੂ ਗਿਆਨ ਕਿ ਆਇਆ ਸਾਰਾ ਕੰਮ ਨਹੀਂ ਤੇ ਅਗਰ ਤੂੰ ਮੈਂ ਕੱਲ੍ਹ ਲੱਗਿਆ ਤਾਂ ਸਾਰਾ ਕੰਮ ਠੀਕ ਹੋ ਗਿਆ ਇਹ ਗੱਲ ਮੈਂ ਚੱਲ ਇਵੇਂ ਕਿ ਕਹਿਣਾ ਇਵੇਂ ਮੈਂ ਕੋਰ ਮਰਨਾ ਘਰ ਦੇ ਤੱਕ ਮੈਂ ਟਰੈਕਟਰ ਦੇ ਰਿਵਿਊ ਸ਼ੋ ਦੀ ਮਜਾ ਆ ਭਾਈ 85 ਟਰੈਕਟਰ ਮੇਰਾ ਫੇਵਰਟ ਉਹ ਤੁਹਾਨੂੰ ਦਿਖਾਵਾਂ ਜਿਹੜਾ ਪਿੱਛੇ ਲੁਕ ਕਿਆ ਖੜਿਆ ਹੈ ਇਹ ਮਾਮ ਕਿ ਮੈਂ ਨਹੀਂ ਹੋ ਜਾਏ ਮੈਂ ਤੇਰੀ ਖੈਰ ਅਲੀਮ ਖਾਨ ਟਰੈਕਟਰ ਮਾਸ਼ਾਅੱਲਾ ਯਾਰ ਇਨਸ਼ਾਅੱਲਾ ਜਿਸ ਦਾ ਰੇਟ ਪੁੱਛਿਆ ਤਾਂ ਚੱਲੇ ਨਾ ਰੇਟ ਦੇ ਤੇ ਮੈਂ ਕਿ ਭਈ ਸਾਡੀ ਪਹੁੰਚ ਤੇ ਦੂਰ ਹੈ ਕੋਈ ਗਿੰਦੇ ਨਹੀਂ ਸੇ ਥੋੜਾ ਬਹੁਤ ਹਾਂ ਆਓ ਪੱਕੇ ਸ਼ੱਕੇ ਦੇ ਬਾਨੇ ਮੋਏ ਵਰਦੇ ਹਾਂ 2 hours later ਕਹੋ ਸਹੀ ਮਲਕ ਸਾਹਿਬ ਜੁੱਲੂ ਮਲਾ ਲੇਟ ਪੈਸੇ ਨੇ ਉਹ ਖਾਂਦੇ ਵੇ ਕਹਣਾ ਆਪੇ ਛੁਣਾ ਨਾ ਮਰ ਖਾਣਾ ਮੰਗਵਾ ਕੇ ਸੇ ਹੋਟਲ ਦੇ ਨਾਲ ਲੈ ਸੇ ਖਾਣਾ ਇਹ ਮੰਗ ਵੇ ਨੇ ਇਸੇ ਵੇ ਕਿਉਂਕਿ ਥੱਕੇ ਬਹੁ ਹੁੰਦਾ ਨਾ ਪੱਕਾ ਸ਼ੱਕਾ ਲਗਾੜੇ ਫੁੱਲ ਮਾਹੌਲ ਹੈ ਖਾਣਾ ਖਾ ਕੇ ਸਹੀ ਚਿੱਟੀਆਂ ਕੁਕੜੀਆਂ ਹਨ ਤੁਹਾਡੇ ਪਤੇ ਹੋ ਜਾਣ ਜੋਰ ਭਾਈ ਸ਼ਰਮਾ ਦਾ ਬਹੁ ਮੈਂ ਕੁਆਰ ਦੇ ਕਰ ਬਹੁ ਸ਼ਰਮਾ ਨਹੀਂ ਮੈਂ ਨਵੇਂ ਕੁਆਰ ਨਹੀਂ ਸ਼ਰਮਾ ਦੀ ਇਹ ਮੈਂ ਸ਼ਰਮਾ ਦੇ ਲੇਕਿਨ ਖਾਣਾ ਮੁਕਾ ਉਜਲ ਲਈ ਮਿੰਟ ਲਾਓ ਰੋਟੀ ਇੱਦਾਂ ਹੀ ਮੈਂ ਸ਼ਰਮਾ ਤੇ ਆਵਾਂ ਹੈ ਨਾ ਰੋਟੀ ਸ਼ਰਮਾ ਸਾ ਮੈਂ ਪਤਾ ਹੈ ਬਸ ਇਹਨਾਂ ਕਿ ਮੈਂ ਪੈਂਦਾ ਸੁਣੀ ਕਿਉਂਕਿ ਮੈਂ ਅੱਖੀਆਂ ਨੂੰ ਮੋਟਿਆਂ ਵਿੱਚ ਸਾਰਾ ਕਚਰਾ ਨਾ ਤਾਂ ਅੱਖੀਆਂ ਛੋਟਿਆਂ
ਵੈਲਕਮ ਬੈਕ ਵਰ ਬੈਠੇ ਰਹਿ ਗਏ ਚਾਹ ਸ਼ਾਹ ਪੀ ਤੇ ਤੁਹਾਨੂੰ ਵਿਰਾਗ ਨੇ ਕਹਿੰਦੇ ਪਿਆ ਜਦੋਂ ਠੀਕ ਹੈ ਉਹ ਇਹਦੇ ਕੈਮਰੇ 'ਚ ਨਹੀਂ ਠਾਕਰ ਸੋਣਾ ਜਾਂ ਤਾਂ ਖਾਂ ਤਾਂ ਨਹੀਂ ਚੱਕ ਰਹੇ ਨੇ ਬੰਦੇ ਹੈ ਅੱਗੋਂ ਅੱਲਾ ਵਾਸਤੇ ਤੁਹਾਡੇ ਸਾਹ ਬੰਦੇ ਵਿੱਚ ਬੈਠੇ ਬਣਾ ਬਸ ਤੂੰ ਕਿਉਂ ਡਰਦੇ ਇਹਦੇ 'ਚ ਮੂੰਹ ਕਰਵੇ ਨੇ ਹੈ ਇਹ ਨਾਲ ਤੂੰ ਮੇਰੇ ਨਾਲ ਵੇਣਾ ਕਰਨੇ ਵਾਲਾ ਬੰਦਾ ਠੀਕ ਹੈ ਠੀਕ ਹੈ ਪਾਣੀ ਫੁੱਲ ਬਦੇ ਨੇ ਤੂੰ ਨਹੀਂ ਸਿਰਫ ਕਿਆ ਕੈਮਰੇ ਨੇ ਸ਼ਰਮ ਕਰਵੇ ਨੇ ਯਾਰ ਇਹਨੇ ਕਾਰਾਂ ਸ਼ਾਰਾਂ ਬਣਵਾਈ ਰਹਿ ਕੇ ਕਰੋ ਚਾਹ ਤੇ ਬੋਤਲ ਇਹਨਾਂ ਲਾਜ਼ਮੀ ਪੀ ਕੇ ਗਿਆ ਕਰੋ ਡੀਜੀ ਖਾਨ ਜਹਿਰਲੇ ਵੰਜੋ ਇਹ ਜਿਹੜਾ ਬੇਨਜ਼ੀਰ ਪੰਪ ਖੜੇ ਜਾਂ ਸਾਹਮਣੇ ਦੀ ਦੁਕਾਨ ਹੈ ਆਸਫ ਆਟੋ ਇਲੈਕਟ੍ਰੀਸ਼ਨ ਨੰਬਰ 036 70 55 838 ਚਲੋ ਕਾਲਾ ਸ਼ਾਲਾ ਕਰੇ ਸੋ ਇਹ ਤੁਹਾਨੂੰ ਫੁੱਲ ਗੱਪ ਸ਼ੱਪ ਲੈ ਸੀ ਚਾਹ ਬੋਤਲ ਪੀ ਕੇ ਗਿਆ ਕਰੋ ਠੀਕ ਹੈ ਉਹ ਹਾਂ ਹਾਏ ਹਾਏ ਫਿੱਕੀ ਫੜਕ ਸਾਂਡ ਦਾ ਨਿਸ਼ਾਨ ਕਹਿ ਹਾਂ ਇਹਨਾਂ ਲਾਜ਼ਮੀ ਪੀ ਕੇ ਗਿਆ ਕਰੋ ਫਿਲਹਾਲ ਅਸਾਂ ਇਹਨਾਂ ਇਜਾਜ਼ਤ ਦੇਣ ਕਿ ਜੇ ਮੈਂ ਪੈਣ ਘਰ ਦੋ ਚਲ ਪੈ ਇਮਰਾਨ ਖਾਨ ਦੁਆ ਟਾਂਸ ਰਸਾਂ ਦੇ ਡਾਕਟਰ ਦੇ ਨਾਲ ਪਹੁੰਚ ਚੁੱਕੇ ਆ ਆਪਣੇ ਸ਼ਹਿਰ ਕੋਟਾ ਤੋਂ ਇਹਦਾ ਬਾਰਿਸ਼ ਮਾਰ ਗਿਆ ਹੀ ਪਈ ਉਹ ਅਸਾਂ ਉੱਡੇ ਉੱਡੇ ਰਹਿ ਗਏ ਮਰੇ ਉਹ ਇਹਦਾ ਬਾਰਿਸ਼ ਹੀ ਆਈ ਬਾਹਰ ਹਿਲਾ ਕੇ ਜੀ ਫੁੱਲੇ ਵੀ ਐ ਕਹਿੰਦੇ ਸੇ ਪੈਂਟ ਬਾਈਟ ਲੱਗ ਇਹਨਾਂ ਕਹਿੰਦੇ ਕੋਈ ਸ਼ਾਇਦ ਪਿਲਵੇ ਨੇ ਕਿ ਨਹੀਂ ਕਿ ਗੁੱਤਰ ਹੈ ਕਹਿੰਦੇ ਮਰਦ ਨੇ ਰਸਤੇ ਕੜੇ ਕਿ ਨਹੀਂ ਕਹਿੰਦੇ ਨਾ ਕਿ ਜੱਪੀ ਦੀ ਹੈ ਸੇ ਪੈਂਟ ਬਾਈਟ ਲੈ ਕੇ ਛੱਪੀ ਨੇ ਯਾਰ ਬੇ ਮਜ਼ਾਕ ਪਸੰਦ ਆਵੇ ਤਾਂ ਪੀਵੀ ਨਾ ਵਾਲਾ ਵਾ ਤੇ ਪੀਵੀ ਠੀਕ ਨਾ ਕਿਉਂਕਿ ਵੀ ਆ ਕੋਈ ਆਪਸ਼ਨ ਕਹਿ ਨਹੀਂ ਤੇ ਮੈਂ ਕੋਈ ਬੜਾ ਪਸੰਦ ਹੈ ਤਾਂ ਕੋਈ ਪਤਾ ਨਹੀਂ ਪਸੰਦ ਹੈ ਯਾਰ ਕਹਿੰਦਾ ਕਿਵੇਂ ਹੈ ਜ਼ਬਰਦਸਤ ਆਖਰੀ ਹੈ ਚੈੱਕ ਵਾ ਬਿਸਮਿਲ੍ਲਾ ਰਹਿਮ ਜਲਦੀ ਕਰ ਯਾਰ ਲੇਟ ਪਿਆ ਕਰਨਾ ਵੈਲਕਮ ਬੈਕ ਗਰਦ ਮੈਂ ਆ ਗਿਆ ਘਰ ਟਾਈਮ ਥਿੰਦਾ ਪਿਆ ਵੈਸੇ ਹੀ 10:15 ਤੁਸੀਂ ਇਹ ਹੁਣ ਤਾਂ ਕਿੱਥਾਂ ਵੱਧ ਰਹਿ ਗਿਆ ਨੇ ਵੀ ਅਸਾਂ ਨਾ ਹਸਨ ਗਾ ਹੀ ਖੜਾਏ ਬਾਹਰ ਅਸੋ ਤੋਂ ਦਿੱਲੀ ਚਾਹ ਕੇ ਹਸਨ ਦਾ ਘਰ ਸੱਟੇ ਵੱਲ ਸਵੇਰੇ ਇਨਸ਼ਾਲਾ ਵਿੱਚ ਸੱਤੇ ਵੱਲ ਪੈਸਾ ਸੀ ਉਹੀ ਉਦਾਂ ਹੀ ਵੱਧ ਰਹਿ ਗਿਆ ਮੈਂ ਵਿਲਾਗ ਕਿ ਨਹੀਂ ਬਣਾਇਆ ਕਿਉਂਕਿ ਵੱਲ ਕੰਮ ਹੈ ਨਾ ਵੱਲ ਮੈਂ ਵਿਲਾਗ ਚੱਲਣ ਸੇ ਬਣਨੇ ਵਾਲਾ ਬੈਠ ਰਹਿ ਗਏ ਨਹੀਂ ਗੱਪ ਸ਼ੱਪ ਲਈ ਸੇ ਤਾਂ ਹੁਣ ਮੈਂ ਘਰ ਵਾਲਾ ਪਿਆ ਸਮਾਂ ਅੱਜ ਦੇ ਵਿਲਾਗ ਤੁਸੀਂ ਕਿਹਨਾਂ ਨੇ ਐਂਡ ਯਾਰ ਇੱਕ ਮੇਰੀ ਰਿਕੁਐਸਟ ਹੈ ਵੀਡੀਓ ਤੁਸੀਂ ਉਮਰ ਦੇ ਇੱਕ ਲਾਈਕ ਹੀ ਕਰ ਛੋੜਿਆ ਕਰੋ ਇੱਕ ਪਿਆਰਾ ਜਾਂ ਕਮੈਂਟ ਹੀ ਕਰ ਛੋੜਿਆ ਕਰੋ ਕਮੈਂਟ ਪੜ੍ਹ ਕੇ ਬੜਾ ਮਜ਼ਾ ਆਉਂਦਾ ਦਿਲ ਕੋ ਸਕੂਨ ਮਿਲਦੇ ਲਿਹਾਜ਼ਾ ਇਹ ਕੰਮ ਲਾਜ਼ਮੀ ਕੀਤਾ ਕਰੋ ਠੀਕ ਹੈ ਨਾ ਅਗਰ ਵੀਡੀਓ ਅੱਛੀ ਲੱਗੀ ਹੋਈ ਮੇਰੇ ਚੈਨਲ ਕੋ ਸਬਸਕ੍ਰਾਈਬ ਕਮੈਂਟ ਸ਼ੇਅਰ ਲਾਜ਼ਮੀ ਮਰੇ ਸੋ ਜਾ ਇਨਸ਼ਾਅੱਲਾ ਮਿਲ ਸਵਾਲ ਨਵੀਂ ਵੀਡੀਓ 'ਚ ਆਪਣਾ ਬਹੁਤ ਸਾਰਾ ਰੱਖ ਸੋ ਖਿਆਲ ਤਬ ਤੱਕ ਕੇ ਲੀਏ ਅੱਲਾ ਹਾਫਿਜ਼ ਗੁੱਡ ਨਾਈਟ।